हाँ जी, स्वागत है जी थोड़ा सारे ना साडे यूट्यूब चैनल एग्जाम स्टडी विद जॉब अलर्ट ते। तां महंगाई भत्ते महंगाई राहत डीए ते डीआर नूं लैके एक नवी अपडेट आई है। सो 1 जुलाई तो हर कोई मुलाजम से जिहड़ा उम्मीद कर रहा सीगा कि इहदे विच वाधा किया जाएगा। सो सरकार ने अपना स्पष्टीकरण दिता है इहदे संबंध में कि 1 जुलाई तो तुहानूं डीए डीआर दे विच वाधा होएगा जां फिर नहीं। सो मुलाजमान नूं झटका आपां कह सकदे हां कि दे दित्ता सरकार ने, पूरी जानकारी तुहाडे नाल शेयर करांगे। सो चैनल नूं सबसक्राइब ते बैल आइकॉन आल ते प्रेस जरूर कर लिओ ਤਾਂ ਜੋ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ। ਤਾਂ ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੇ ਮਾਮਲੇ 'ਚ ਰਾਹਤ ਨਹੀਂ ਮਿਲੀ ਹੈ। ਅਜਿਹੀਆਂ ਕਈ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਸਨਿਚਰਵਾਰ ਨੂੰ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਯਾਨੀ ਕਿ ਡੀਏ ਇਸ ਦੇ ਬਕਾਏ ਤੇ ਹੋਰ ਮਹੱਤਵਪੂਰਨ ਮੰਗਾਂ ਬਾਰੇ ਸਰਕਾਰ ਜਿਹੜੀ ਫੈਸਲਾ ਲੈ ਸਕਦੀ ਹੈ। ਰਿਪੋਰਟਾਂ ਵਿੱਚ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਡੀਏ ਅਤੇ ਡੀਆਰ ਜੁਲਾਈ ਤੋਂ ਬਹਾਲ ਹੋਣ ਦੀ ਉਮੀਦ ਕੀਤੀ ਗਈ ਸੀ, ਪਰ ਹੁਣ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਇਹ ਉਮੀਦਾਂ ਉੱਤੇ ਪਾਣੀ ਹੈ ਜਿਹੜਾ ਉਹ ਫਿਰ ਚੁੱਕਿਆ। ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਡੀਏ ਮੁੜ ਸ਼ੁਰੂ ਕਰਨ ਤੇ ਜੁਲਾਈ 2021 ਤੋਂ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੇਣ ਦਾ ਦਾਅਵਾ ਕਰਨ ਵਾਲੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇੱਕ ਸੰਦੇਸ਼ ਨੂੰ ਵਿੱਤ ਮੰਤਰਾਲੇ ਨੇ ਝੂਠਾ ਕਰਾਰ ਦਿੱਤਾ ਹੈ। ਵਾਇਰਲ ਸੰਦੇਸ਼ ਨੂੰ ਸਾਂਝਾ ਕਰਦਿਆਂ ਵਿੱਤ ਮੰਤਰਾਲੇ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ ਕਿ ਇਹ ਦਫ਼ਤਰ ਮੈਮੋਰੰਡਮ ਜਾਲੀ ਹੈ। ਭਾਰਤ ਸਰਕਾਰ ਵੱਲੋਂ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਨੂੰ ਝਟਕਾ ਹੈ, ਕਰਮਚਾਰੀਆਂ ਨੂੰ ਡੀਏ ਅਤੇ ਪੈਨਸ਼ਨਰਾਂ ਨੂੰ ਡੀਆਰ ਅਤੇ ਨਹੀਂ ਜੋ ਰਾਹਤ ਮਿਲ ਸਕੀ। ਸੋ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇੱਕ ਦਸਤਾਵੇਜ਼ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਤੇ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਜੁਲਾਈ 2021 ਤੋਂ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਦਫ਼ਤਰ ਮੈਮੋਰੰਡਮ ਹੈ ਜਿਹੜਾ ਉਹ ਗਲਤ ਹੈ। ਦਫ਼ਤਰ ਦਾ ਮੈਮੋਰੰਡਮ ਜੋ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਉਹਦੇ ਵਿੱਚ ਲਿਖਿਆ ਹੈ ਕਿ ਡੀਏ ਅਤੇ ਡੀਆਰ ਜੋ ਕੋਰੋਨਾ ਮਹਾਮਾਰੀ ਕਾਰਨ ਬੰਦ ਹੋਏ ਸਨ ਉਹਨਾਂ ਨੂੰ 1 ਜੁਲਾਈ 2021 ਤੋਂ ਮੁੜ ਸੁਰਜੀਤ ਕੀਤਾ ਜਾ ਰਿਹਾ। ਇਸ ਵਿੱਚ ਇਹ ਵੀ ਕਿਹਾ ਗਿਆ 1 ਜੁਲਾਈ 2020 ਤੋਂ 1 ਜਨਵਰੀ 2021 ਵਿਚਕਾਰ ਬਕਾਇਆ ਡੀਏ ਅਤੇ ਡੀਆਰ 3 ਕਿਸ਼ਤਾਂ ਦੇ ਵਿੱਚ ਦਿੱਤੇ ਜਾਣਗੇ। ਇਹ ਵੀ ਲਿਖਿਆ ਗਿਆ ਕਿ ਇਹ ਹੁਕਮ ਕੇਂਦਰ ਸਰਕਾਰ ਦੇ ਸਾਰੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ 'ਤੇ ਲਾਗੂ ਹੋਵੇਗਾ। ਸੋ ਇਸ ਸਮੇਂ ਕੇਂਦਰੀ ਕਰਮਚਾਰੀ 17% ਡੀਏ ਮਿਲ ਰਿਹਾ ਹੈ। ਜਨਵਰੀ 2019 ਵਿੱਚ ਇਹ ਵੱਧ ਕੇ 21% ਹੋ ਗਿਆ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਹ ਵਾਧਾ ਜੂਨ 2021 ਤੱਕ ਫਰੀਜ ਕਰ ਦਿੱਤਾ ਗਿਆ ਸੀ। ਕਰਮਚਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਡੀਏ ਦੀ ਰਕਮ ਨੂੰ ਜੂਨ 2020 ਵਿੱਚ 24%, ਦਸੰਬਰ 2020 ਵਿੱਚ 28% ਅਤੇ 21 ਜੁਲਾਈ ਦੇ ਵਿੱਚ 32% ਤੱਕ ਵਧਾਇਆ ਜਾਣਾ ਚਾਹੀਦਾ ਹੈ। ਸੋ ਹੁਣ ਤੱਕ ਦੀ ਇਹ ਲੇਟੈਸਟ ਅਪਡੇਟ ਆਈ ਹੈ ਜੀ। ਬਾਕੀ ਅੱਗੇ ਜੋ ਅਪਡੇਟ ਆਏਗੀ ਸਮੇਂ ਸਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ। ਧੰਨਵਾਦ ਜੀ।